दंडवत बंदन अंक बार। हाथ जोड़ो, सिर नवाओ गुरु ग्रंथ साहब महाराज के, सिर नवा के सारे पढ़ो। दंडवत बंदन अंक बार, सर्व कला डोलन ते रखो प्रभु नानक दे कर, नानक दे कर साथ न चले बिन भजन लिखिया सगली शार। हर हर नाम कमावना नानक ए तन सार, नानक ए तन अगम अगोचर सच साहेब मेरा। नानक बोले बुलाया तेरा, नानक बोले बुलाया तेरा। वाहिगुरु जी का खालसा, वाहिगुरु जी की गज बज के आखो जी, वाहिगुरु जी का खालसा, वाहिगुरु जी की। जिस वखर को आउंदी बनी, अच्छा वखर मीन जे सौदा, सौदा अजीब नहीं, सौदा आवाज नहीं आ रही, सौदा सौदा। आखिर तुसी बाजार च जांदे हो, कोई तो टारगेट लेके जांदे हो, भी मैं बाजार आ चीज लैन आया। टिक जो पैन तो भी टिक जाओ, वो पिछे मेरे बच्चे टिक जो अंदरों टिक के सुनो। ਜਦੋਂ ਤੁਸੀਂ ਬਾਜ਼ਾਰ ਜਾਂਦੇ ਹੋ ਆਖੋ ਵਾਹਿਗੁਰੂ। ਕੁਛ ਤੇ ਦਿਮਾਗ ਚ ਹੁੰਦਾ ਵੀ ਮੈਂ ਬਾਜ਼ਾਰ ਇਹ ਚੀਜ਼ ਲੈਣ ਆਇਆ, ਪਤਾ ਲੱਗਿਆ ਸਰ, ਹਾਂ ਬੰਟੀ ਸਿੰਘ ਲੱਗ ਗਿਆ ਵੀ ਆਖਿਰ ਮੇਰਾ ਬਾਜ਼ਾਰ ਆਉਣ ਦਾ ਕੋਈ ਮਕਸਦ ਆ। ਮੈਂ ਘਰੋਂ ਇੱਕ ਟਾਰਗੇਟ ਬਣਾ ਕੇ ਆਇਆ ਵੀ ਮੈਂ ਆਹ ਚੀਜ਼ ਬੋਲ ਬਈ ਆ ਜੀ ਲੈਣਾ ਹੈ। ਤੁਹਾਨੂੰ ਗੁਰੂ ਰਿਮਾਇੰਡ ਕਰਾਉਂਦਾ, ਜਿਸ ਵੱਖਰ ਕੋ ਚੇਤਾ ਹੀ ਕਿ ਚੇਤਾ ਭੁੱਲ ਗਿਆ ਹੀ, ਤੂੰ ਕਿਹਾ ਕੀ ਲੈਣ ਨੂੰ ਇੱਥੇ ਜਨਮ ਚ ਆਇਆ। ਆਖੋ ਵਾਹਿਗੁਰੂ। ਆਖਰ ਤੇਰਾ ਇਸ ਬਾਜ਼ਾਰ ਦੁਨੀਆਂ ਦੇ ਚ ਆਉਣਾ, ਇਹਦਾ ਮਕਸਦ ਕੀ ਹੈ, ਕੀ ਲੈਣ ਆਇਆ ਇੱਥੇ। ਹੋ ਸਕਦਾ ਸੌ ਦੇ ਵਿੱਚੋਂ 97 ਲੋਕਾਂ ਨੂੰ ਚੇਤਾ ਭੁੱਲਾ ਹੋਵੇ, ਅਸੀਂ ਤਾਂ ਘੁੰਮਣਾ ਹੈ। ਆਖੋ ਵਾਹਿਗੁਰੂ। ਇੱਕ ਬਾਣੀ 'ਚ ਸ਼ਬਦ ਲਿਖਿਆ ਵੱਖਰ ਨਾਮ, ਬੋਲੋ ਉੱਚੀ ਬੋਲੋ, ਦੇਖਣ ਕੋਈ ਜਾਏ ਨਾਮ ਦੇ ਸੌਦੇ ਨੂੰ ਕੋਈ ਵੇਖਣ ਜਾਵੇ। ਇਸ ਤਰ੍ਹਾਂ ਹੀ ਅੱਜ ਸਿੱਖਿਆ ਸੌਦਾ ਪਿਆ ਹੈ ਤੇ ਸਰਕਾਰ ਨੇ ਇਸ ਤਰ੍ਹਾਂ ਲਿਖਿਆ, ਨਾ ਕੋ ਚਾਖੇ ਨਾ ਕੋ ਖਾਏ। ਨਹੀਂ ਭੈਣ ਪਤਾ ਲੱਗਾ, ਥਾਲ ਵਿੱਚ ਕੱਲ ਕੀ ਗਿਆ ਸੀ ਵੀ ਕਿੰਨੀਆਂ ਵਸਤੂ ਪਈਆਂ, ਤਿੰਨ, ਤੇ ਭੋਜਨ ਗਿਆ ਸੀ ਨਾ ਥਾਲ ਵਿੱਚ, ਭੋਜਨ ਰੱਖੀਦਾ ਹੈ ਨਾ,
ਵੇਖਣ ਆਏ ਸਾਰੇ, ਮਗਰ ਉਹ ਜਿਹੜਾ ਸਪਾਇਆ ਸਵਾਈਮਾਨ ਕੀਤਾ ਭੋਜਨ, ਜਿੰਨੇ ਆਉਂਦੇ ਨੇ 10 ਦਾ ਨੋਟ ਰੱਖ ਕੇ 5 ਦਾ ਨੋਟ ਰੱਖ ਕੇ ਮੱਥਾ ਟੇਕ ਕੇ ਮੁੜ ਜਾਂਦੇ, ਉਸ ਭੋਜਨ ਨੂੰ ਨਾ ਕੋ ਚਾਖੇ ਉੱਚੀ ਬੋਲੋ ਨਾ ਕੋ ਵਿੱਚੋਂ ਚੁੱਕ ਕੇ ਚੱਖਦਾ ਹੈ ਤੇ ਨਾ ਕੋਈ, ਤਾਂ ਭੁੱਖੇ ਨੇ ਲੋਕੀ, ਤਾਂ ਸੱਚਮੁੱਚੀ ਲੋਕੀ ਭੁੱਖੇ ਨੇ, ਅੱਖਾਂ ਭੁੱਖੀਆਂ ਬਿਟਰ ਬਿਟਰ ਕੇ ਵੇਖੀ ਜਾਂਦੇ ਲੋਕਾਂ ਦੇ ਸਰੂਪ ਨੂੰ, ਅੱਖੋ ਵਾਹਿਗੁਰੂ, ਕੰਨ ਭੁੱਖੇ ਨੇ ਨਿੰਦਾ ਚੁਗਲੀ ਸੁਣ ਨੂੰ, ਜੀਵਕ ਭੁੱਖੀ ਹੈ ਨਿੰਦਾ ਚੁਗਲੀ ਕਰਨ ਨੂੰ, ਚੌਂਕੜਾ ਮਾਰੋ ਹਾਂ ਪੁੱਤ ਚੌਂਕੜਾ ਮਾਰੋ, ਮੇਰੀਆਂ ਧੀਆਂ ਚੌਂਕੜੇ ਮਾਰੋ, ਅੱਖ ਵਾਹਿਗੁਰੂ ਉੱਚੀ ਬੋਲੋ। ਇੱਥੋਂ ਤੱਕ ਪਤਾ ਲੱਗ ਗਿਆ, ਮੈਂ ਹੱਥ ਜੋੜ ਕੇ ਬੇਨਤੀ ਕਰਾਂ, ਲੱਗ ਗਿਆ ਪਤਾ ਕਿ ਸੋਚੀ ਪਏ ਹੋ ਕਦੇ। ਵੱਖਰ ਨਾਮ ਦੇਖਣ ਕੋਈ ਜਾਏ ਨਾ ਕੋ ਚਾਖੇ, ਇਸ ਤਰ੍ਹਾਂ ਹੁੰਦਾ ਕਿ ਨਹੀਂ ਬੋਲੋ ਨਾ ਗੁਰੂ ਕਿਸੇ। ਕਿੰਨੇ ਕੁ ਲੋਕੀ ਨੇ ਜਿਹੜੇ ਭੋਜਨ ਖਾ ਕੇ ਜਾਂਦੇ ਤੇ ਤ੍ਰਿਪਤ ਭਈ ਸੱਚ ਭੋਜਨ ਖਾਇਆ, ਇੱਥੇ ਆਓ ਤ੍ਰਿਪਤ ਭਈ ਸੱਚ, ਤੂੰ ਵੀ ਆ ਜਾ ਰਾਮਪੁਰ ਵਾਲਿਆ, ਤ੍ਰਿਪਤ ਭਈ ਜਦੋਂ ਸੱਚ ਦਾ ਭੋਜਨ ਖਾਈਏ ਫਿਰ ਤੇ ਕੀ ਆ ਜਾਂਦੀ, ਅੱਖਾਂ ਹੋਰ ਕਿਸੇ ਨੂੰ ਵੇਂਦੀਆਂ ਹੀ ਨਹੀਂ, ਤ੍ਰਿਪਤੀ ਆ ਗਈ, ਕੰਨ ਕਿਸੇ ਨੂੰ ਹੋਰ ਸੁਣਦੇ ਹੀ ਨਹੀਂ, ਤ੍ਰਿਪਤੀ ਆ ਗਈ, ਜੀਵਾ ਕੋਈ ਹੋਰ ਬੋਲ ਬਾਣੀ ਤੋਂ ਬਿਨਾ ਕੀ ਆ ਗਈ, ਤ੍ਰਿਪਤੀ ਆ। ਸਿੱਖਾ ਮੇਰੀ ਹੱਥ ਜੋੜ ਕੇ ਬੇਨਤੀ ਹੈ, ਇਹ ਪਰੋਸੇ ਹੋਏ ਥਾਲ ਦੇ ਵਿੱਚੋਂ, ਇਸ ਪਰੋਸੇ ਹੋਏ ਥਾਲ ਵਿੱਚੋਂ ਜਦੋਂ ਤੂੰ ਭੁੱਖਾ ਮੁੜ ਜਾਂਦਾ ਹੈ ਨਾ, ਤੇ ਸ਼ਰਮ ਆਉਂਦੀ ਵੀ ਏਡਾ ਵੱਡਾ ਗੁਰੂ ਜਿਹਨੇ ਏਡਾ ਵੱਡਾ ਥਾਲ ਪਰੋਸ ਕੇ ਰੱਖਤਾ ਸਾਰੇ ਸਮਾਜ ਲਈ। ਮੈਂ ਇਹਨੂੰ ਰਾਜ ਕਹਿੰਦਾ ਆਉਣ ਡਿਆ ਹਾਂ, ਬਚਨ ਆਉਣ ਡਿਆ ਸੀ, ਬੰਦੇ ਖੋਜ ਨਾ ਫਿਰ ਪਰੇਸ਼ਾਨੀ ਮਾਏ, ਤੇ ਇਹਦੇ ਚ ਬਹੁਤੇ ਅਕਸ਼ਰ ਜਿਹੜੇ ਅਰਬੀ ਤੇ ਫਾਰਸੀ ਦੇ ਆ ਇਸ ਸ਼ਬਦ ਵਿੱਚ, ਦਰੋਗ ਪੜ ਪੜ ਖੁਸ਼ੀ ਹੋਏ, ਦਰੋਗ ਮੀਨ ਦਰੋਗ ਝੂਠ, ਝੂਠ ਦੀਆਂ ਕਿਤਾਬਾਂ ਪੜ ਪੜ ਕੇ ਖੁਸ਼ ਹੋਣ ਡਿਆ, ਬੇਖਬਰ ਕੋਈ ਤੈਨੂੰ ਉੱਚੀ ਬੋਲਿਆ ਕਰੋ, ਕੋਈ ਖਬਰ ਨਹੀਂ ਕਿੱਥੋਂ ਆਇਆ ਤੇ ਕਿੱਧਰ ਜਾਣਾ ਹੈ, ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਤ ਬਕਾਏ, ਝੂਠ ਦੀਆਂ ਕਿਤਾਬਾਂ ਪੜ ਪੜ ਕੇ ਤੇ ਵਾਦ ਵਿਵਾਦ ਵਿੱਚ ਪਿਆ ਹੈ। ਇਹ ਸ਼ਬਦ ਨੇ ਅਰਬੀ ਫਾਰਸੀ ਦੇ ਕਬੀਰ ਜੀ ਦੇ, ਤੇ ਮੈਨੂੰ ਕਹਿੰਦਾ ਆਇਆ ਅੱਖ ਵਾਹਿਗੁਰੂ, ਗੱਡੀ ਚ ਤੁਰਿਆ ਆਉਂਦਾ ਕਹਿੰਦਾ ਆਇਆ ਵੀ ਮੁਸਲਮਾਨ ਨੇ ਕਬੀਰ ਨੂੰ ਸੁਣਿਆ ਨਹੀਂ, ਸੁਣਿਆ ਨਹੀਂ, ਉਹਨਾਂ ਨੂੰ ਪੁੱਛ ਕੇ ਵੇਖੋ ਕਬੀਰ ਸਭ ਕੋ ਹੋਏ ਨੇ, ਉਹ ਕਹਿੰਦੇ ਨੋ ਸਾਨੂੰ ਨਹੀਂ ਪਤਾ, ਹਿੰਦੂ ਨੂੰ ਪੁੱਛ ਕੇ ਵੇਖੋ ਕਬੀਰ ਸਭ ਕੋ ਹੋਏ ਨੇ, ਕਹਿੰਦੇ ਸਾਨੂੰ ਨਹੀਂ ਪਤਾ, ਅੱਖ ਵਾਹਿਗੁਰੂ। ਹਿੰਦੂ ਨੇ ਨਾਮਦੇਵ ਨੂੰ ਨਹੀਂ ਮੰਨਿਆ, ਹਿੰਦੂ ਨੇ ਰਵਿਦਾਸ ਨੂੰ ਨਹੀਂ ਮੰਨਿਆ, ਅੱਖ ਵਾਹਿਗੁਰੂ, ਤੇ ਹਿੰਦੂ ਨੇ ਕਬੀਰ ਸਾਹਿਬ ਨੂੰ ਨਹੀਂ ਮੰਨਿਆ। ਕਿੰਨੇ ਮੰਦਰ ਨੇ ਸ਼ਿਵਾਂ ਦੇ, ਅੱਖ ਵਾਹਿਗੁਰੂ, ਕਿੰਨੇ ਮੰਦਰ ਨੇ ਦੇਵੀਆਂ ਦੇ ਦੇਵਤਿਆਂ ਦੇ, ਕੋਈ ਬਾਬੇ ਕਬੀਰ ਦਾ ਮੰਦਰ ਵੇਖਿਆ ਨੇ ਆਪਣੀ ਜ਼ਿੰਦਗੀ ਚ? ਕਿਉਂ ਸੱਚ ਬੋਲਿਆ ਉਹਨੇ, ਸੱਚ ਦੇ ਵਪਾਰੀ ਹੈ ਨੀ ਲੋਕੀ, ਸੱਚ ਲੋਕੀ ਸੁਣਨਾ ਹੀ ਨਹੀਂ ਚਾਹੁੰਦੇ। ਜਿਹੜਾ ਬਾਬਾ ਕਬੀਰ ਕਵੇ
ਵੀ ਮੁੱਲਾ ਬੋਲੋ, ਮੁੱਲਾ ਬਣੇ, ਮੁੱਲਾ ਕਾਜੀ ਮੁਨਾਰੇ ਕਿਹਾ ਚੜੇ ਆ ਸੱਚ ਹੁਣ ਕਿਹਨੂੰ ਪਚਦਾ ਹੈ? ਤੁਹਾਡੇ ਚੋਂ ਜਿਹੜੇ ਉੱਚੀ ਉੱਚੀ ਵਾਹਿਗੁਰੂ ਵਾਹਿਗੁਰੂ ਕਰਦੇ, ਮੈਂ ਤੁਹਾਨੂੰ ਕਹਿੰਦਾ ਸਵੇਰੇ ਮੇਰੇ ਲਈ ਫੇਸਬੁੱਕ ਤੇ ਲਿਖਣਾ ਸ਼ੁਰੂ ਕਰ ਦੇਣਗੇ। ਗੱਲ ਉਹ ਟਿਕਾਣੇ ਦੀ ਕਹਿ ਰਿਹਾ ਵੀ ਉੱਚੀ ਉੱਚੀ ਕਹਿਣ ਨਾਲ ਨਹੀਂ, ਆਖੋ ਵਾਹਿਗੁਰੂ। ਮੁੱਲਾ ਮੁਨਾਰੇ ਕਿਹਾ ਚੜੇ ਉੱਤੇ ਮੁਨਾਰੇ ਤੇ ਚੜ ਕੇ ਕੀ ਬਾਂਗਾ ਦੇਣਾ ਹੈ? ਸਾਈ ਨਾ ਬਹਿਰਾ ਹੋਏ, ਰੱਬ ਕੋਈ ਬਹਿਰਾ ਹੈ ਜਿਹਨੂੰ ਉੱਚੀ ਵਾਜਾਂ ਮਾਰਦੇ ਹੋ? ਇੱਕ ਬੰਦਾ ਬੋਲਾ ਹੋਵੇ ਤੇ ਉਹਨੂੰ ਆਖੀਦਾ ਫੰਟੀ ਫੰਟੀ ਉੱਚੀ ਉੱਚੀ ਮਾਰੀ ਦੀਆਂ ਵਾਜਾਂ। ਜਾਂ ਕਾਰਨ ਤੂੰ ਬਾਂਗ ਦੇ, ਆ ਸੁਣ ਲਓ ਸੁਣ, ਜਾਂ ਕਾਰਨ ਜਿਹਦੇ ਕਰਕੇ ਤੂੰ ਦਿਲ ਹੀ ਭੀਤਰ ਜੋਏ, ਉਹ ਤੇ ਤੇਰੇ ਅੰਦਰ ਆ। ਇਹ ਸੱਚ ਬੋਲਣ ਵਾਲੇ ਨੂੰ ਉਹਨਾਂ ਕਿਹਾ ਸੀ ਸੁਣਨਾ ਹੀ ਨਹੀਂ। ਧੀਓ ਕੁਝ ਪਤਾ ਲੱਗ ਰਿਹਾ ਮੇਰੀ ਬੱਚੀਓ? ਅੱਜ ਬਹੁਤਾ ਢਿੱਲੇ ਬੈਠੇ ਹੋ, ਬੋਲੋ ਨਾ, ਪਤਾ ਲੱਗ ਰਿਹਾ? ਜਿਹਦੇ ਕਰਕੇ ਤੂੰ ਉੱਚੀ ਉੱਚੀ ਵਾਂਗਾ ਦੇਣਾ ਉਹ ਤੇ ਤੇਰੇ ਅੰਦਰ ਆ। ਕਬੀਰ ਨੂੰ ਨਹੀਂ ਸੁਣਿਆ, ਰਵਿਦਾਸ ਨੂੰ ਨਹੀਂ ਸੁਣਿਆ, ਆਖੋ ਵਾਹਿਗੁਰੂ। ਨਾਮਦੇਵ ਨੂੰ ਕਿਉਂ? ਹਿੰਦੂ ਅੰਨਾ ਤੁਰਕੂ ਕਾਣਾ, ਹੁਣ ਜਿਹੜਾ ਤੁਰਕ ਨੂੰ ਕਹਿ ਰਿਹਾ ਤੂੰ ਇੱਕ ਅੱਖ ਤੋਂ ਅੰਨਾ ਹੈ, ਤੁਰਕੂ ਕਿਉਂ ਸੁਣੂ? ਮੁਸਲਮਾਨ ਉਹਨੂੰ ਕਿਉਂ ਸੁਣੂ? ਆਖੋ ਵਾਹਿਗੁਰੂ। ਤੇ ਜਿਹੜਾ ਇੱਕ ਨੂੰ ਕਹਿ ਰਿਹਾ ਤੂੰ ਅੰਨਾ ਹੈ ਉਹਨੂੰ ਲੋਕੀ ਕਿਉਂ ਸੁਣਨਗੇ? ਕਿਉਂ ਮੰਦਰ ਬਣ ਦੇਣਗੇ ਜੇ ਬਣੇ ਵੀ ਨਹੀਂ? ਗਿਆਨ ਗੋਦੜੀ ਗੁਰਦੁਆਰਾ ਵੇਖਿਆ ਸੁਣਿਆ ਜੇ ਕਿਹੜੀ ਜਗ੍ਹਾ ਤੇ ਆ? ਹਰਿਦੁਆਰ, ਬਹੁਤਿਆਂ ਨੂੰ ਪਤਾ ਨਹੀਂ, ਇੱਕ ਵਾਰ ਬੋਲ ਦਿਓ ਕਿੱਥੇ? ਗਿਆਨ ਗੋਦੜੀ, ਜਿੱਥੇ ਗੁਰੂ ਨੇ ਗਿਆਨ ਦੀ ਗੋਦੜੀ ਖੋਲੀ, ਆਸਾ ਕੀ ਵਾਰ ਦਾ ਕੀਰਤਨ ਕੀਤਾ, ਆਖੋ ਵਾਹਿਗੁਰੂ। ਉਹ ਗੁਰਦੁਆਰਾ ਹਟਾ ਦਿੱਤਾ ਹੈ, ਜਿੱਥੋਂ ਸਾਨੂੰ ਸੱਚ ਦੀ ਆਵਾਜ਼ ਆਉਂਦੀ ਉਹ ਜਗ੍ਹਾ ਹੀ ਹਟਾ ਦਿਓ। ਖੈਰ ਬਹੁਤਾ ਤਾਂ ਨਾ ਲੰਮਾ ਜਾਵਾਂ, ਆਖੋ ਵਾਹਿਗੁਰੂ। ਕਬੀਰ ਨੂੰ ਮੰਨਿਆ ਨਹੀਂ ਹਿੰਦੂ ਨੇ, ਆਖੋ ਵਾਹਿਗੁਰੂ। ਨਾਮਦੇਵ ਨੂੰ ਹਿੰਦੂ ਨੇ, ਰਵਿਦਾਸ ਨੂੰ ਹਿੰਦੂ ਨੇ ਮੰਨਿਆ ਨਹੀਂ। ਕਿਉਂ ਨਹੀਂ ਮੰਨਿਆ? ਦੋ ਤਰ੍ਹਾਂ ਦੇ ਪੇੜ ਨੇ, ਚੰਗੀ ਤਰ੍ਹਾਂ ਸੁਣਿਓ, ਤਰ੍ਹਾਂ ਦੋ ਤਰ੍ਹਾਂ ਦੇ ਪੇੜ ਨੇ ਹਿੰਦੁਸਤਾਨ ਚ, ਇੱਕ ਨਿੰਮ ਇੱਕ ਪਿੱਪਲ। ਸੁਣੀ ਤਰ੍ਹਾਂ ਲਾਲ ਪੱਗ ਵਾਲੇ ਮੈਨੂੰ ਦੱਸੋ ਮੇਰਾ ਪੁੱਤ, ਦੋ, ਇੱਕ ਨਿੰਮ ਤੇ ਇੱਕ ਪਿੱਪਲ ਦੀ ਪੂਜਾ ਹੁੰਦੀ। ਪੁੱਛਿਆ ਕਿਉਂ? ਕਹਿੰਦੇ ਆਕਸੀਜਨ ਦਿੰਦਾ, ਆਖੋ ਵਾਹਿਗੁਰੂ। ਉਹਦੇ ਨਾਲੋਂ ਤਿੰਨ ਗੁਣਾ ਜ਼ਿਆਦਾ ਆਕਸੀਜਨ ਦਿੰਦੀ ਨਿੰਮ, ਉਹਦੀ ਪੂਜਾ ਕਿਉਂ ਨਹੀਂ? ਕੌੜੀ ਆ, ਸੱਚ ਕੌੜਾ ਹੈ। ਪਿੱਪਲ ਦੇ ਦੁਆਲੇ ਮੰਦਰ ਬਣੇ ਵੇਖੇ ਹੋਣਗੇ ਤੁਸੀਂ, ਕਿਸੇ ਨਿੰਮ ਦੇ ਦੁਆਲੇ ਬਣਿਆ ਵੇਖਿਆ? ਇਹੋ ਹੀ ਕਹਾਣੀ ਆ ਕਬੀਰ ਦੀ, ਨਿੰਮ ਵਰਗਾ ਕੌੜਾ ਤੇ ਬੋਲਦਾ ਹੈ ਮਗਰ ਨਿੰਮ ਦਾ ਦਾਤਣ ਵੀ ਚੰਗੀ ਹੁੰਦੀ, ਨਿੰਮ ਦੀਆਂ ਦਵਾਈਆਂ ਵੀ ਬਣਦੀਆਂ, ਸੱਚ ਦੀ ਦਵਾਈ ਵੀ ਬਣਦੀ ਆ, ਸੱਚ ਜ਼ਿੰਦਗੀ ਨੂੰ ਬਦਲ ਕੇ ਰੱਖ ਦਿੰਦਾ ਹੈ, ਮਗਰ ਸੱਚ ਸੁਣ ਕੇ ਲੋਕੀ। ਇੱਥੇ ਵੀ ਮੈਂ ਸੱਚੀਆਂ ਗੱਲਾਂ ਤੁਹਾਡੇ ਨਾਲ ਕਰਨੀਆਂ ਸ਼ੁਰੂ ਕਰਦਾ। ਇੱਥੋਂ ਹੌਲੀ ਜੀ ਹਿੱਲ ਕੇ ਤੁਸੀਂ ਦਫ਼ਤਰ ਵਿੱਚ ਜਾਓਗੇ, ਇਹਨੂੰ ਹਟਾਓ ਜੀ। ਝੂਠ ਸੁਣਨਾ ਚਾਹੁੰਦੇ? ਕੂੜ ਮਿੱਠਾ ਬੋਲੋ, ਕਿੰਨਾ ਕੁ ਕੂੜ ਮਾਖਿਓ, ਮਾਖਿਓ ਮੀਨ ਸ਼ਾਇਦ ਮਿੱਠਾ ਲੱਗਦਾ ਝੂਠ ਤੁਹਾਨੂੰ ਕੋ ਕਵੇ ਤੇ,
ਝੂਠੀਆਂ ਕਹਾਣੀਆਂ ਸੁਣਾਵੇ, ਤੁਸੀਂ ਬੜੇ ਖੁਸ਼ ਹੁੰਦੇ ਹੋ। ਆਖੋ ਵਾਹਿਗੁਰੂ। ਤੁਹਾਨੂੰ ਇੰਨਾ ਕੁ ਵੀ ਕਹਿੰਦਾ, ਜਿਹੜਾ ਬੰਦਾ ਤੁਹਾਨੂੰ ਬੋਡੀ ਦੀ ਸਟੋਰੀ ਸੁਣਾਊਗਾ, ਸਮਝ ਲਓ ਝੂਠੀ, ਕਿਉਂਕਿ ਦੇਹ ਹੀ ਝੂਠੀ ਆ। ਦੇਹ ਨਾਲ ਰਿਲੇਟਡ ਜਿਹੜੀ ਕਹਾਣੀ ਕੋਈ ਸੁਣਾਊਗਾ, ਸਮਝ ਲਓ ਝੂਠ ਦੀ ਸੁਣਾ ਰਿਹਾ। ਸ਼ਬਦ ਦੀ ਜਿਹੜਾ ਸੁਣਾਊਗਾ, ਸਮਝ ਲਓ ਸੱਚ ਦੀ ਸੁਣਾਇਆ, ਕਿ ਸ਼ਬਦ ਸੱਤ ਆ। ਮਗਰ ਇਸ ਸੰਸਾਰ ਦੇ ਵਿੱਚ ਕਬੀਰ ਦੀ ਆਵਾਜ਼ ਨੂੰ ਦਬਾਉਣਾ, ਨਾਮਦੇਵ ਦੀ ਪਤਾ ਲੱਗ ਰਿਹਾ, ਨਾਮਦੇਵ ਦੀ ਆਵਾਜ਼ ਨੂੰ, ਰਵਿਦਾਸ ਦੀ ਆਵਾਜ਼ ਨੂੰ ਦਬਾਉਣਾ, ਇਹ ਆ ਸੱਚ। ਅਸੀਂ ਸੁਣਨਾ ਨਹੀਂ, ਸੱਚ ਸਾਡੇ ਕੰਨ ਖੋਲਦਾ ਆ। ਹਾਂ ਕਿੱਧਰ ਕਿੱਧਰ, ਤੈਨੂੰ ਕਿਹਾ ਦੁਮਾਲੇ ਵਾਲੇ ਨੂੰ ਨਾ ਜਾਇਆ ਕਰ, ਟਾਈਮ ਤੇ ਭੱਜ ਵੀ ਗਿਆ। ਆਖੋ ਵਾਹਿਗੁਰੂ। ਤੇ ਪੈਂਤੜਾ ਬੰਨਦਿਆਂ ਬੰਨਦਿਆਂ ਗਤਕਾ ਖੇਡਣ ਵਾਲੇ ਨੂੰ ਪਤਾ ਪੈ ਜਾਓ, ਪੈਂਤੜੇ ਕਰੀਦੇ ਗਤਕਾ ਖੇਡਣ ਤੋਂ। ਆ ਵੀ ਇੱਕ ਪੈਂਤੜਾ ਹੈ ਵੀ ਤੁਸੀਂ ਗਰਮ ਹੋ ਰਹੇ ਹੋ, ਤੁਹਾਡੀ ਸੁਰਤ ਨੂੰ ਉਸ ਲੈਵਲ ਤੇ ਲਿਆਂਦਾ ਜਾ ਰਿਹਾ ਜਿਹੜੀ ਸ਼ਬਦ ਨੂੰ ਸੁਣ ਲੈ, ਪਤਾ ਲੱਗ ਰਿਹਾ। ਵੱਖਰ ਨਾਮ ਦੇਖਣ ਕੋਈ ਜਾਏ, ਤੁਸੀਂ ਸਮੁੰਦਰ ਤੇ ਜਾਓ, ਬਹੁਤੇ ਲੋਕਾਂ ਨੂੰ ਪੁੱਛੋ, ਆਖੋ ਵਾਹਿਗੁਰੂ ਕਿੱਧਰ ਆਏ ਹੋ, ਸਮੁੰਦਰ ਹਾਏ ਹਾਏ ਹਾਏ, ਇਹ ਵੀ ਸਮੁੰਦਰ ਆ, ਇਹਨੂੰ ਵੀ ਲੋਕੀ ਕੇਵਲ ਵੇਖਣ ਆਉਂਦੇ, ਦਰਸ਼ਨ ਕਰਕੇ ਆਏ ਆ। ਪਤਾ ਲੱਗਾ ਜੀ ਗੁਰੂ ਸਾਹਿਬ ਦੇ। ਮਗਰ ਕੋਈ ਹੀਰਾ ਹੱਥ ਚ ਆਇਆ, ਜਿਹੜੇ ਸਮੁੰਦਰ ਵੇਖਣ ਗਏ, ਖਬਰ ਤੇ ਆ ਵੀ ਸਮੁੰਦਰ ਵਿੱਚ ਹੀਰੇ ਬੜੇ ਨੇ, ਖਬਰ ਤੇ ਇਹ ਆ ਵੀ ਸਮੁੰਦਰ ਵਿੱਚ ਜਵਾਹਰਾਤ ਨੇ। ਗ੍ਰਹਿ ਸਿੱਤੀ ਮਾਲ ਤਨ, ਪਹਾੜਾਂ ਦੇ ਪਹਾੜ ਭਰੇ ਪਏ ਨੇ ਹੀਰਿਆਂ ਜਵਾਹਰਾਤਾਂ ਨਾਲ, ਕਾਹਦੇ ਚ, ਮਗਰ ਵਿੱਚ ਉਤਰੇ ਤੇ ਫੇਰ ਹੀ ਹੀਰੇ ਚੁਗੇ। ਆਖੋ ਵਾਹਿਗੁਰੂ। ਹੁਣ ਪਤਾ ਲੱਗ ਗਿਆ ਕਿ ਨਹੀਂ ਜੀ, ਜਿੰਨਾ ਚਿਰ ਤੁਸੀਂ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਉਤਰਦੇ ਨਹੀਂ, ਖਾਲੀ ਆਓਗੇ ਖਾਲੀ ਮੁੜ ਜਾਓਗੇ। ਵੱਖਰ ਨਾਮ ਦੇਖਣ ਕੋਈ ਜਾਏ, ਸੌਦਾ ਲੋਕੀ ਵੇਖਣ ਆਉਂਦੇ ਨੇ, ਨਾ ਕੋ ਚਾਖੇ ਨਾ ਕੋ ਖਾਏ। ਆਓ ਮੇਰੀਆਂ ਧੀਆਂ, ਮਾਰੋ ਚੌਂਕੜੇ ਗੋਡਿਆਂ ਤੇ ਹੱਥ ਰੱਖੋ, ਰੀੜ੍ਹ ਦੀ ਹੱਡੀ ਸਿੱਧੀ ਕਰੋ, ਕੁਝ ਸਮਾਂ ਖਾਓ। ਵਾਹਿਗੁਰੂ 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 ਅਕਾਲਤਾ ਬਣਾਓ ਜਿਹਨੂੰ ਧਿਆਨ ਦਿੰਦੇ, ਵਾਹਿਗੁਰੂ ਵਾਹਿਗੁਰੂ ਨਾਸਾ ਦੀ ਕਰੂੰਬੜੀ ਤੇ ਵੇਖੋ ਆ ਭਲਾ, ਫਿਰ ਬੋਲੋ ਖਾਓ 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 ਰੱਜ ਰੱਜ ਕੇ, ਇੱਥੇ ਭੋਜਨ ਪਿਆ ਜੋ ਭੋਜਨ। ਵਾਹਿਗੁਰੂ 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 ਵਾਹਿਗੁਰੂ।
ਕਿਵੇਂ ਖਾਣਾ ਜੇ? ਸਵੇਰ ਤੋਂ ਇੱਕ ਭੱਜ ਭੱਜ ਕੇ ਕੱਪੜੇ ਬਦਲਣ ਲਈ, ਸੋਹਣੀ ਦਸਤਾਰ ਸਜਾਉਣ ਲਈ ਕਿ ਚਾਹ ਚੜਿਆ ਹੁੰਦਾ, ਕਿੱਥੇ ਚੱਲਿਆ? ਵਿਆਹ ਚੱਲਿਆ ਕਿ ਇਸ ਤਰ੍ਹਾਂ ਹੀ ਚਾਹ ਚੜ੍ਹਦਾ ਗੁਰਦੁਆਰੇ ਆਉਣ ਨੂੰ? ਆਹ ਮੈਂ ਪੁੱਛਣਾ ਚਾਹੁੰਦਾ ਕਿ ਇਸ ਤਰ੍ਹਾਂ ਦਾ ਅਮਾਹ ਪੈਦਾ ਹੁੰਦਾ ਗੁਰਦੁਆਰੇ ਆਉਣ ਨੂੰ? ਜੇ ਨਹੀਂ ਤੇ ਮੇਧਾ ਖਰਾਬ ਆ, ਠੀਕ ਕਰ। ਬੁਰੇ ਕਾਮ ਕੋ ਊਟ ਖਿਲੋਇਆ, ਬੁਰੇ ਕਾਮ ਕੋ ਬੜੀ ਛੇਤੀ ਉੱਠਿਆ। ਦੋਸਤਾਂ ਨੇ ਕਿਹਾ ਘੁੰਮਣ ਜਾਣਾ ਹੈ, ਨਾਗਰਾ ਫਲ ਘੁੰਮਣ ਜਾਣਾ ਹੈ, 5 ਮਿੰਟ 'ਚ ਆਇਆ ਜੀ। ਜਦੋਂ ਕਿਹਾ ਗੁਰਦੁਆਰੇ ਜਾਣਾ ਹੈ, ਟਾਈਮ ਨਹੀਂ ਸੀ। ਚਲੋ ਤੁਸੀਂ ਕਹਿੰਦੇ ਹੋ ਤੇ ਚੱਲ ਫਿਰਦੇ, ਟਾਈਮ ਨਹੀਂ ਸੀ। ਪੈਰ ਕਿੰਨੇ ਭਾਰੇ ਨੇ ਗੁਰਦੁਆਰੇ ਆਉਣ ਨੂੰ, ਸੁਰਤ 'ਤੇ ਕਿੰਨਾ ਬੋਝ ਹੈ ਗੁਰਦੁਆਰੇ ਆਉਣ ਨੂੰ। ਆਖੋ ਵਾਹਿਗੁਰੂ, ਇੱਕ ਚਾਹ ਪੈਦਾ ਕਰੋ ਗੁਰਦੁਆਰੇ ਆਉਣ ਲਈ। ਆਖੋ ਵਾਹਿਗੁਰੂ ਨਾਨਕ। ਇੱਕ ਸ਼ਬਦ ਲਿਖਿਆ ਮੇਰੀ ਸਰਕਾਰ ਨੇ, ਨਾਨਕ ਬੋਲੋ,
ਹਰ ਸਿਮਰਨ ਕਾ ਹੈ ਜਾਓ, ਮਤਲਬ ਹਰੀ ਦੇ ਸਿਮਰਨ ਦਾ ਕਰੋ ਪੈਦਾ। ਵਾਹਿਗੁਰੂ 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 ਵਾਹਿਗੁਰੂ, ਸਭ ਕੁਝ ਬਾਣੀ ਚ ਲਿਖਿਆ। ਬਰੀਕ ਆ ਸੁਣਿਓ, ਤੁਸੀਂ ਸੁਣਿਓ ਯਾਰ ਵੇ, ਬੋਲੋ ਮੇਰੇ ਦੋਸਤ। ਯਾਰ ਵੇ ਦਾ ਮਤਲਬ ਪ੍ਰਿਆ, ਪ੍ਰਿਆ ਪਤੀ। ਹਵੇ ਸਖੀਆਂ, ਹਵੇ ਸਖੀਆਂ, ਭੈਣ ਪਤਾ ਲੱਗਾ ਹੇ ਮੇਰੇ ਮਿੱਤਰ, ਆ ਸਾਰੀਆਂ ਮੇਰੇ ਪਤੀ ਦੀਆਂ ਸਖੀਆਂ ਨੇ, ਉਹਦੇ ਨਾਲ ਪਿਆਰ ਕਰਨ ਵਾਲੀਆਂ ਨੇ, ਜਿੰਨੀਆਂ ਰੂਹਾਂ ਬੈਠੀਆਂ ਇਹ ਮੇਰੇ ਪਤੀ ਪਰਮੇਸ਼ਵਰ ਨਾਲ ਪਿਆਰ ਕਰਕੇ ਆਏ ਹੋ ਨਾ। ਆਖੋ ਵਾਹਿਗੁਰੂ ਯਾਰ ਵੇ, ਬੋਲੋ ਪ੍ਰਿਆ, ਪ੍ਰਿਆ ਮਣੇ ਪਤੀ। ਹੱਬੇ ਸਖੀਆਂ ਸਾਰੀਆਂ ਉਹਦੀਆਂ, ਤੇ ਬੜੀ ਨਿਮਰਤਾ ਵਿਖਾਈ, ਸਮਝੇਗੀ ਮੂੰਹ ਮੂੰਹ ਨਹੀਂ ਮੈਂ ਮੂੰਹ, ਕਹੀਂ ਨਾ ਜੇਹੀ ਆ, ਕਹੀਂ ਨਾ ਜੇਹੀ ਆ, ਨਹੀਂ ਪਤਾ ਲੱਗਾ ਜੀ ਲਾਲ ਪਕੜ ਨਹੀਂ ਦੱਸ ਸਕਦੇ ਹੋ। ਸਾਰੀਆਂ ਉਹਦੀਆਂ ਸਖੀਆਂ ਨੇ, ਇਹਨਾਂ ਚੋਂ ਮੈਂ ਕਿਸੇ ਵਰਗੀ ਵੀ ਨਹੀਂ। ਹਾਏ ਹਾਏ ਹਾਏ, ਇੰਨੀ ਨਿਮਰਤਾ, ਇੰਨੀ ਨਿਮਰਤਾ। ਯਾਰ ਵੇ ਬੋਲੋ ਪ੍ਰਿਆ, ਹੱਬੇ ਸਖੀਆਂ, ਹੱਬੇ ਮੀਨ ਸਾਰੀਆਂ ਲੈਂਦੇ ਪੰਜਾਬ ਦੀ ਬੋਲੀ, ਸਭ ਨੂੰ ਹੱਬ ਕਹਿੰਦੇ ਉੱਥੇ। ਯਾਰ ਵੇ ਪ੍ਰਿਆ, ਪ੍ਰਿਆ ਹੱਬੇ ਸਖੀਆਂ ਸਾਰੀਆਂ ਉਸ ਮੇਰੇ ਪਤੀ ਪਰਮੇਸ਼ਰ ਦੀਆਂ, ਮਗਰ ਮੂੰ ਮੈਂ ਕਹੀਂ ਨਾ ਜੇਹੀ ਆ, ਮੈਂ ਇਹਨਾਂ ਚੋਂ ਕਿਸੇ ਵਰਗੀ ਵੀ ਨਹੀਂ। ਹਿੱਕ ਤੂੰ ਹਿੱਕ ਚੜੇ, ਇਹਦੇ ਚ ਉਹ ਬੈਠੀਆਂ ਨੇ ਜਿਹੜੀ ਇੱਕ ਤੋਂ ਇੱਕ ਚੜ੍ਹਦੀ ਆ, ਅੱਧੀ ਅੱਧੀ ਰਾਤ ਉੱਠ ਖਲੋਂਦੀ ਆ। ਇਹਨਾਂ ਸਖੀਆਂ ਚ ਉਹ ਸਖੀਆਂ ਬੈਠੀਆਂ ਨੇ ਜਿਹੜੀਆਂ ਪੌਣੇ ਦੋ ਵਜੇ ਕੇਸੀ ਇਸ਼ਨਾਨ ਕਰ ਲੈਂਦੀਆਂ ਨੇ। ਸ਼ੁਰੂ ਕਰਤਾ ਅੱਛਾ, ਮੂੰਹ ਕਹੀਂ ਨਾ ਜੇਹੀ ਆ, ਕੁਝ ਪਕੜੋਗੇ ਮੈਂ ਕਿਸੇ ਵਰਗੀ ਵੀ ਨਹੀਂ, ਸਾਰੀਆਂ ਮੇਰੇ ਤੋਂ ਚੜ੍ਹਦੀਆਂ। ਹਾਂ ਕਹੀਂ ਨਾ ਜੇਹੀ ਹੈ, ਮੂੰਹ ਕਹੀਂ ਨਾ ਜੇਹੀ ਆ। ਯਾਰ ਵੇ ਇਤਰਾ ਗੱਲਾਂ ਕਰਦੀ, ਦੋਸਤ ਨਾਲ ਗੱਲਾਂ ਕਰਦੀ, ਇੱਕ ਸਖੀ ਦੂਸਰੀ ਸਖੀ ਨਾ। ਯਾਰ ਵੇ ਹਿੱਕ ਤੂੰ ਹਿੱਕ ਚਾੜੇ, ਅਨਕ ਪਿਆਰੇ ਨਿਤ ਕਰਦੇ ਭੋਗ ਬਲਾਸਾ। ਇੱਕ ਤੋਂ ਇੱਕ ਚੜ੍ਹਦੀਆਂ ਨੇ, ਤੁਸ ਮੇਰੇ ਪਿਆਰੇ ਦੀਆਂ ਪਿਆਰੀਆਂ ਨੇ,
ਤੇ ਅੱਧੀ ਅੱਧੀ ਰਾਤ ਉੱਠ ਕੇ ਨਿਤ ਕਰਦੇ ਭੋਗ। ਇੱਥੇ ਭੋਗ ਆ ਸੁਰਤ ਤੇ ਸ਼ਬਦ ਦਾ, ਪਕੜ ਰਹੇ ਹੋ ਜੀ? ਨਿਤ ਕਰਦੇ ਭੋਗ। ਅੰਮ੍ਰਿਤ ਵੇਲੇ ਉੱਠਦੀਆਂ ਨੇ, ਚੌਂਕੜਾ ਮਾਰ ਲੈਂਦੀਆਂ, ਗੋਡਿਆਂ ਤੇ ਗੋਡੇ ਚੜ ਲੈਂਦੀਆਂ, ਇੱਥੇ ਬਹਿ ਜਾਂਦੀਆਂ ਤੇ ਸ਼ਬਦ ਨੂੰ ਮੂੰਹ ਤੋਂ ਕਹਿੰਦੇ ਤੇ ਕੰਨਾਂ ਤੋਂ ਸੁਣਦੀਆਂ ਨੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜਿਉਂਦੇ ਰਹੋ, ਉਤਰਾ ਕਰਕੇ ਵੇਖੋ ਪੁੱਤ, ਕਰਕੇ ਵੇਖੋ, ਕਰਕੇ ਵੇਖੋ, ਕਰਕੇ ਵੇਖੋ। ਨਿਤ ਕਰਦੇ ਭੋਗ ਬਿਲਾਸ ਦਾ ਮਤਲਬ ਸੁਰਤ ਤੇ ਸ਼ਬਦ ਦਾ, ਰੋਜ਼ ਕਰਦੀਆਂ ਅੰਮ੍ਰਿਤ ਵੇਲੇ ਉੱਠ ਕੇ ਤਿਨਾ ਦੇਖ, ਤਿਨਾ ਦੇਖ, ਤਿਨਾ ਦੇਖਦਾ ਮਤਲਬ ਉਹਨਾਂ ਵੱਲ ਵੇਖ ਕੇ ਮਨ ਚਾਓ ਠੰਡਾ। ਮੇਰੇ ਮਨ ਚ ਵੀ ਪਤਾ ਲੱਗਿਆ ਜੀ, ਉਹਨਾਂ ਜੁੜੀਆਂ ਵੱਲ ਵੇਖ ਕੇ ਮੇਰੇ ਮਨ ਚ ਵੀ ਚਾਅ ਪੈਦਾ ਹੁੰਦਾ। ਸੁਣੋ ਪੁੱਤ, ਸੁਣ ਰਹੇ? ਜਿਹੜੀਆਂ ਜੁੜੀਆਂ ਨੇ ਨਾ ਅੰਮ੍ਰਿਤ ਵੇਲੇ ਉੱਠ ਕੇ ਉਹਨਾਂ ਵੱਲ ਕੇ ਤਿਨਾ ਦੇਖ, ਅਰਥ ਕਰ ਲੋਗੇ? ਤਿਨਾ ਦੇਖ, ਉਹਨਾਂ ਵੱਲ ਵੇਖ ਕੇ ਮਨ ਹਾਉ ਕਦ ਪਾਈ ਗੁਣ ਤਾਸਾ, ਮੈਂ ਉਸ ਗੁਣਾਂ ਦੇ ਮਾਲਕ ਨੂੰ ਕਦੋਂ ਪਾਉਂਗੀ। ਚੌਂਕੜਾ ਜਿੰਨੀ ਮੈਂਡਾ ਲਾਲ ਰਿਜਾਇਆ, ਜਿਨ੍ਹਾਂ ਨੇ ਮੇਰੇ ਖਸਮ ਨੂੰ ਰਿਝਾ ਲਿਆ ਏ, ਖੁਸ਼ ਕਰ ਲਿਆ ਏ, ਹਾਂ ਤਿਸ ਅੱਗੇ ਮਨ ਡੇਹੀਆਂ ਡੇਹੀਆਂ, ਮੈਂ ਉਹਨਾਂ ਦੇ ਅੱਗੇ ਆਪਣਾ ਮਨ ਭੇਟਾ ਕਰ ਦੂੰਗੀ। ਅਸੀਂ ਤਾਂ ਇੱਕ ਦੂਸਰੇ ਨਾਲ ਈਰਖਾ ਕਰਦੇ ਹਾਂ, ਜੇ ਕਿਸੇ ਦਾ ਸਿਮਰਨ ਚੱਲ ਪਵੇ, ਕੋਈ ਭਾਗਾਂ ਵਾਲਾ ਬਣ ਜਾਏ ਤੇ ਉਹਦੀ ਨਿੰਦਾ ਕਰਦੇ ਹਾਂ,
ਚੁਗਲੀ ਕਰਦੇ ਹਾਂ। ਕਿਹੜੇ ਕਿਤੇ ਰੰਗ 'ਚ ਬੈਠੀ ਸੀ, ਕਹਿੰਦੀ ਜਿਨ੍ਹਾਂ ਨੇ ਮੇਰੇ ਖਸਮ ਨੂੰ ਖੁਸ਼ ਕੀਤਾ ਹੈ ਨਾ, ਹੁਣ ਤਿਸ ਅੱਗੇ ਮਨ ਡੇਹੀਆਂ, ਡੇਹੀਆਂ ਮਤਲਬ ਦਊਂਗੀ ਉਹਨਾਂ ਨੂੰ, ਆਪਣਾ ਮਨ ਦੇ ਦੂੰਗੀ। ਸ਼ਬਦ ਆਪਾਂ ਇੱਥੋਂ ਸ਼ੁਰੂ ਕਰਿਆ ਵੀ ਜਸ ਵੱਖਰ ਕੋ, ਇੱਥੇ ਸਾਰੇ ਸ਼ਬਦਾਂ ਲੈਣ ਆਏ। ਉਹਦਾ ਨਾਮ ਕੀ ਹੈ ਸੌਦੇ ਦਾ, ਤੂੰ ਦੱਸ ਪਈ। ਜਿਹੜਾ ਸੌਦਾ ਲੈਣ ਜੀਵ ਆਤਮਾ ਇੱਥੇ ਆਈ ਸ੍ਰਿਸ਼ਟੀ ਤੇ, ਜਿਸ ਵੱਖਰ ਕੋ ਲੈਣ ਤੂੰ, ਤੂੰ ਹਰ ਇੱਕ ਨੂੰ ਬਾਣੀ ਪ੍ਰਭ ਕੀ, ਸਾਨੂੰ ਮੈਨੂੰ ਸਾਰਿਆਂ ਨੂੰ ਕਹਿਣ ਲਈ ਕਰਮਜੀਤ ਸਿੰਘ, ਜਿਹੜਾ ਸੌਦਾ ਤੂੰ ਇੱਥੇ ਲੈਣ ਆਇਆ ਮਨੁੱਖਾ ਦੇ ਚ, ਨਾਮ ਚੇਤੇ ਹੀ ਕਿ ਭੁੱਲ ਗਿਆ ਈ ਸੌਦੇ ਦਾ, ਚੇਤੇ ਹੀ ਕਿ ਭੁੱਲ ਗਿਆ ਈ। ਕਹਿੰਦੀ ਭੁੱਲ ਗਿਆ, ਸੌ ਦੇ ਵਿੱਚੋਂ 99 ਨਾਲ ਨਿੱਕੀ ਜੀ 0 ਤੇ ਫਿਰ ਅੱਗੇ 99, ਇੰਨੇ ਲੋਕ ਆ ਜਿਹਨਾਂ ਨੂੰ ਭੁੱਲ ਗਿਆ ਹੈ ਅਸੀਂ ਆਏ ਕਿਧਰ ਹਾਂ, ਸਾਡੇ ਅਮ ਦਾ ਮਨੋਰਥ ਕੀ ਹੈ। ਪੀ ਆਰ ਲੈਣਾ ਹੀ ਮਨੋਰਥ ਸੀ, ਕੈਨੇਡਾ 'ਚ ਪੱਕੇ ਹੋਣਾ ਹੀ ਮਨੋਰਥ ਸੀ, ਪਹਿਲੋਂ ਵੀ ਲੈਂਦੇ ਨੇ ਸਦੀਆਂ ਤੋਂ ਲੋਕ ਇੱਥੇ, ਕਿੰਨੇ ਕੁ ਸੁਖੀ ਨੇ, ਕਿੰਨੇ ਪਾਸ ਹੋਏ ਨੇ, ਆਖੋ ਵਾਹਿਗੁਰੂ। ਕਹਾਣੀ ਕੋਈ ਹੋਰ ਸੀ, ਕਹਾਣੀ ਕੋਈ ਹੋਰ ਸੀ। ਜਿਹੜਾ ਤੂੰ ਸੌਦਾ ਲੈਣ ਆਇਆ ਹੈ ਸੌਦਾ, ਤੁਹਾਨੂੰ ਤੁਸੀਂ ਦੱਸੋ ਕੋਈ ਜਣਾ ਹੱਥ ਖੜਾ ਕਰਕੇ, ਸੌਦੇ ਦਾ ਚੇਤਾ ਜੇ ਕੀ ਲੈਣਾ ਹੈ ਆਪਾਂ, ਨਹੀਂ ਤੇ ਪੰਜਵੇਂ ਪਾਤਸ਼ਾਹ ਰਿਮਾਇੰਡ ਕਰਾਉਂਦੇ ਆ। ਉਹ ਸੌਦੇ ਦਾ ਨਾਮ ਹੈ ਰਾਮ ਨਾਮ। ਕੀ ਜੀ? ਜਿਹੜੇ ਸੁਖਮਨੀ ਸਾਹਿਬ ਜਾਣਦੇ ਬੋਲੋ ਨਾ ਮਹਾਰਾਜ। ਕਿਸੇ ਮੌਲ ਚੋਂ ਮਿਲ ਜਾਂਦਾ ਉਹ ਹਾਜ਼ਰ, ਕਿਸੇ ਮੌਲ ਚੋਂ, ਵੱਡੇ ਚੋਂ, ਛੋਟੇ ਚੋਂ ਇਹ ਸੌਦਾ ਮਿਲ ਜੂਗਾ? ਕਹਿੰਦੇ ਨਹੀਂ, ਸੰਤਨ ਘਰ ਪਾਇਆ, ਸੰਤਨ ਘਰ ਪਾਇਆ, ਸਤਸੰਗਤ ਵਿੱਚੋਂ ਮਿਲਣਾ ਹੈ। ਇੱਥੇ ਹੀ ਵਾਹਿਗੁਰੂ ਵਾਹਿਗੁਰੂ ਕਰ ਰਿਹਾ, ਕਿਸੇ ਮੌਲ 'ਚ ਵੀ ਕਰੋਗੇ ਬੋਲੋ, ਕਿਸੇ ਏਅਰਪੋਰਟ 'ਚ ਵੀ ਬਹਿ ਜਾਓਗੇ, ਏਅਰਪੋਰਟ ਵਿੱਚ ਜਾ ਕੇ ਜਿਹਨੂੰ ਚੇਤੇ ਉਹਨੂੰ ਵੀ ਭੁੱਲ ਜਾਂਦਾ ਹੈ। ਇਸ ਤਰ੍ਹਾਂ ਹੀ ਹੈ ਜੀ, ਲਕਸ ਦਾ ਕਰਕੇ ਥੋੜ੍ਹਾ ਚਿਰ ਰਹਿ ਗਿਆ, ਲਕਸ ਦਾ ਕਰਕੇ ਬੈਠੋ, ਜਿਹਨੂੰ ਉਹਨੂੰ ਵੀ ਭੁੱਲ ਜਾਂਦਾ ਲੋਕਾਂ ਵੱਲ ਵੇਖ ਕੇ। ਇੱਕ ਮੈਂ ਤੇਰੇ ਨਾਲ ਹੋਰ ਗੱਲ ਕਰਾਂ, ਆਖੋ ਵੇਖ ਲਓ, ਉੱਚੀ ਬੋਲਿਆ ਕਰੋ। ਜਦੋਂ ਤੂੰ ਏਅਰਪੋਰਟ 'ਤੇ ਜਾਂਦਾ ਦਮਾਲਾ ਪਾ ਕੇ, ਬੰਨ ਕੇ ਕਿਰਪਾਨ ਪਾ ਕੇ ਮੇਰੀ ਧੀ ਜਾਂਦੀ, ਚੁੰਨੀ ਲੈ ਕੇ ਮੇਰੀ ਧੀ ਜਾਂਦੀ, ਅਤੇ ਤੂੰ ਸੱਚਮੁੱਚ ਉਹਨਾਂ ਲੋਕਾਂ ਵੱਲ ਵੇਖ ਕੇ ਆਪਣੇ ਆਪ ਨੂੰ ਨੀਵਾਂ ਸਮਝਦੀ ਜਿਨ੍ਹਾਂ ਨੇ ਭੱਦੇ ਕੱਪੜੇ ਪਾਏ, ਤੂੰ ਸੋਚਦੀ ਹੈ ਜਿਹੜਾ ਮੈਂ ਬਾਣਾ ਪਾਇਆ ਇਹ ਮਾੜਾ ਹੈ, ਅਤੇ ਜਿਹੜੇ ਇਹਨਾਂ ਨੇ ਅੱਧ ਪਚੱਤੇ ਕੱਪੜੇ ਪਾਏ ਨੇ ਇਹ ਚੰਗੇ ਨੇ। ਜਰਾ ਕਿ ਤੇਰੇ ਨਾਲ ਇਸ ਗੱਲ 'ਤੇ ਇੱਕ ਮਿੰਟ ਲਾਉਣਾ, ਆਖੋ ਵਾਹਿਗੁਰੂ। ਅਤੇ ਮੈਂ ਤੇਰੀ ਤੋਰ ਵੇਖਦਾ ਏਅਰਪੋਰਟ 'ਤੇ, ਤੂੰ ਆਪਣੇ ਆਪ ਨੂੰ ਸ਼ਰਮਿੰਦਾ ਗਿਲਟੀ ਮਹਿਸੂਸ ਕਰਦੀ ਹੈ, ਦਮਾਲਾ ਬੰਨ ਕੇ, ਕਿਰਪਾਨ ਪਾ ਕੇ, ਸੋਹਣਾ ਬਾਣਾ ਪਾ ਕੇ ਜਦੋਂ ਤੂੰ ਤੁਰਦੀ ਹੈ, ਆਖੋ ਵਾਹਿਗੁਰੂ। ਮੈਂ ਆਸਟ੍ਰੇਲੀਆ ਦੇ ਏਅਰਪੋਰਟ 'ਤੇ ਇੱਕ ਸਿੱਖ ਨੂੰ ਵੇਖਿਆ ਜਾਂਦਿਆਂ, ਆਖੋ ਵਾਹਿਗੁਰੂ, ਡੱਟ ਕੇ ਬੋਲੋ, ਤੇਰੇ ਵਰਗਾ ਸੀ ਮੈਨੂੰ ਛੱਡਣ ਆਏ ਏਅਰਪੋਰਟ 'ਤੇ। ਏਅਰਪੋਰਟ 'ਚ ਜਦੋਂ ਇੰਟਰ ਹੋਇਆ ਗੁਰੂ ਘਰ ਸਿੱਖ, ਅਤੇ ਉਹ ਤੁਰਿਆ ਏਅਰਪੋਰਟ 'ਤੇ, ਮੈਂ ਦੇਖਿਆ ਜਿੰਨੇ ਏਅਰਪੋਰਟ 'ਤੇ ਗੋਰੇ ਕਾਲੇ ਸੀ ਨਾ, ਸੁੰਨ ਹੋ ਗਏ, ਉਹਦੀ ਤੋਰ ਵੇਖ ਕੇ, ਉਹਦਾ ਦਾੜਾ ਵੇਖ ਕੇ,
ਉਹਨੂੰ ਵਿਸ਼ਵਾਸ ਸੀ ਜਿਹੜਾ ਇਹ ਡਰੈਸ ਆ ਮੇਰੇ ਵਾਲਾ, ਇਹ ਛੈਨ ਛਾਵਾਂ ਵਾਲਾ, ਉਹਨੂੰ ਵਿਸ਼ਵਾਸ ਸੀ। ਤੂੰ ਖੁਦ ਹੀ ਅੰਦਰੋਂ ਗਿਰਿਆ ਹੈ ਇਹ ਦਵਾਲਾ ਬਣ ਕੇ ਵੀ ਮੈਂ ਖਰੇ ਨਹੀਂ ਵਾਂ ਜਿਹਨਾਂ ਨੇ ਅੱਧੇ ਕੱਪੜੇ ਨੰਗੇ ਤੇ ਅੱਧੇ ਤੁਰੇ ਫਿਰਦੇ ਨੇ, ਇਹ ਲੋਕ ਚੰਗੇ ਨੇ। ਨਹੀਂ ਨਹੀਂ, ਜਿਹੜਾ ਬਾਣਾ ਤੈਨੂੰ ਗੁਰੂ ਗੋਬਿੰਦ ਸਿੰਘ ਨੇ ਬਖਸ਼ਿਆ ਉਹ ਬਾਣਾ ਸਾਰੀ ਸੰਸਾਰ ਤੋਂ ਸੋਹਣਾ ਹੈ, ਇਹ ਛੈਨ ਛਾਵਾਂ ਵਾਲਾ ਬਾਣਾ ਹੈ। ਆਖੋ ਵਾਹਿਗੁਰੂ, ਤੈਨੂੰ ਕੋਰ ਆਖਿਆ ਹੈ, ਸੁਣ ਰਹੇ ਹੋ ਧੀਓ? ਹਰ ਬੀਬੀ ਦੇ ਨਾਮ ਨਾਲ ਤੇ ਕੋਰ ਮੈਨੂੰ ਹੁੰਦਾ ਸ਼ਹਿਜਾਦੀ। ਕੋਰ ਦਾ ਮਤਲਬ ਦੱਸੋ, ਸ਼ਹਿਜਾਦੀ ਕੌਣ ਹੁੰਦੀ ਹੈ? ਬਾਦਸ਼ਾਹ ਦੀ ਧੀ। ਤੇ ਤੂੰ ਬਾਦਸ਼ਾਹ ਦੀ ਧੀ ਨੀ, ਤੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਧੀ ਹੈ। ਤੂੰ ਬਾਣੇ ਆਪਣੇ ਤੋਂ ਸ਼ਰਮਿੰਦੀ ਕਿਉਂ ਨਹੀਂ ਹੈ? ਤੇ ਤੈਨੂੰ ਆਖਿਆ ਸਿੰਘ, ਆਖਿਆ ਮਿਸਟਰ ਸਿੰਘ। ਜਦੋਂ ਪਾਸਪੋਰਟ ਤੋਂ ਵੇਖ ਕੇ ਕਹਿੰਦੇ ਮਿਸਟਰ ਸਿੰਘ ਤੇ ਸ਼ਰਮ ਨਾ ਮਹਿਸੂਸ ਕਰੀ, ਸਿੰਘ ਦਾ ਮਤਲਬ ਹੁੰਦਾ ਬਾਦਸ਼ਾਹ, ਰਾਜਾ, ਕਿੰਗ। ਹੱਥ ਜੋੜ ਕੇ ਬੇਨਤੀ ਆ, ਜਿਹੜਾ ਸੌਦਾ ਤੂੰ ਲੈਣ ਇੱਥੇ ਆਇਆ ਉਹ ਸਤਸੰਗਤ ਤੋਂ ਬਿਨਾਂ ਕਿਤੇ ਨਹੀਂ ਮਿਲਣਾ, ਨਾ ਏਅਰਪੋਰਟ ਤੇ ਮਿਲਣਾ ਹੈ, ਨਾ ਮਾਲ ਵਿੱਚ ਮਿਲਣਾ ਹੈ। ਰਾਮ ਨਾਮ ਸੰਤਨ ਘਰ ਆਖਿਆ ਜੀ, ਮੈਂ ਬੜੇ ਚਿਰ ਤੋਂ ਆਉਂਦਾ, ਮੈਨੂੰ ਤੇ ਮਿਲਿਆ ਨਹੀਂ। ਹਾਜ਼ਰ ਹੋ, ਬੋਲੋ ਮੈਂ ਕੀ ਕਿਹਾ? ਮੈਂ ਗੁਰਦੁਆਰੇ ਬੜੇ ਚਿਰ ਤੋਂ, ਮੈਨੂੰ ਤੇ ਸੌਦਾ ਤੇ ਅੱਗੋਂ ਜਵਾਬ ਆਉਂਦਾ ਹੈ ਭਾਂਡਾ ਖਾਲੀ ਕੀਤਾ ਹੀ, ਉਹ ਤੇ ਭਰਨ ਨੂੰ ਤਿਆਰ ਆ। ਮੇਰਾ ਸਾਹਿਬ ਤੇ ਤੇਰਾ ਭਾਂਡਾ, ਮਗਰ ਤੇਰੇ ਭਾਂਡੇ ਚ ਤੇ ਗੰਦ ਬੜਾ ਹੈ। ਕੀ ਪਹਿਲਾਂ ਹੰਕਾਰ ਵਿੱਚੋਂ ਤਜ ਅਭਿਮਾਨ, ਇਤਨਾ ਲਿਖਿਆ ਜੀ, ਕਿਹਨੂੰ ਕਿਹਨੂੰ ਆਉਂਦੀ ਸੁਣੀ ਸਾਹਿਬ ਖੜਾ ਕਰੋ। ਤਜ ਤਜ ਮਿਲੇ ਛੱਡਣਾ, ਪਹਿਲਾਂ ਹੰਕਾਰ ਛੱਡਿਆ ਹੀ। ਹਉਮੈ ਨਾਵੇਂ ਨਾਲ ਵਿਰੋਧ ਹੈ ਸੱਜਣਾ, ਹੰਕਾਰ ਦਾ ਤੇ ਨਾਮ ਦਾ, ਤੇ ਦੋਵੇਂ ਇਤਨਾ ਸਪਸ਼ਟ ਲਿਖਿਆ, ਦੋਵੇਂ ਨਾ ਵਸੇ ਇੱਕ ਥਾਂ। ਤੂੰ ਕਹਿੰਦਾ ਹਉਮੈ ਵੀ ਰਵੇ ਤੇ ਨਾਮ ਵੀ ਰੱਬ ਦੇ ਦੇ, ਇਤਨਾ ਨਹੀਂ ਹੋਣਾ, ਭਾਂਡਾ ਖਾਲੀ ਕਰ। ਭਾਂਡਾ ਕਿਤਨਾ ਕਰਾਂ ਜੀ? ਨਿਮਕ ਨਿਮਕ ਕਰ ਤੋਂ ਵੀ ਹਉਮੈ, ਤੈਨੂੰ ਕਿਹਨੇ ਕਿਹਾ ਸੀ ਆਪਣੇ ਆਪ ਨੂੰ ਕਟਾਉਣ ਨੂੰ? ਆਖੋ ਵਾਹਿਗੁਰੂ। ਗੁਰੂ ਸਾਹਿਬ ਨੇ ਅੱਗੋਂ ਵੱਧ ਕਿਹਾ ਵੀ ਤੈਨੂੰ ਕਿਹਨੇ ਕਿਹਾ ਸੀ ਵੀ ਨਿੱਕਾ ਨਿੱਕਾ ਕਰਕੇ ਆਪਣੇ ਆਪ ਨੂੰ ਕਟਾ ਦੇ ਤੇ ਹਉਮੈ ਚੱਲ ਜੂ? ਸਿੱਧਾ ਪੁੱਤ, ਹਉਮੈ ਚੱਲ ਜੂ? ਫਿਰ ਮਹਾਰਾਜ ਹਉਮੈ ਤੇ ਕੱਢਣੀ ਚਾਹੁੰਦਾ, ਹਉਮੈ ਨਿਕਲੂਗੀ ਤੇ ਵਸਤੂ ਪਾਏਗਾ ਨਾ। ਆਖੋ ਵਾਹਿਗੁਰੂ। ਸਾਹਿਬ ਕਹਿੰਦੇ ਵਾਹਿਗੁਰੂ ਜਪ, ਵਾਹਿਗੁਰੂ ਜਪ, ਵਾਹਿਗੁਰੂ ਗੁਰਮੰਤਰ ਹੈ। ਬੋਲੋ, ਜਪ, ਇਹ ਜਪਣ ਦੇ ਨਾਲ ਤੇਰੀ ਹਉਮੈ ਖਤਮ ਹੋ ਜੂਗੀ, ਨਾਮ ਵਸ ਜੂਗਾ। ਜੈਸਾ ਸਤਿਗੁਰ ਸੁਣੀ ਦਾ ਵਿਛੜਿਆ ਹਰ ਦਰਗੇ ਕਾ, ਹਰ ਨਾਮੋ ਮੰਤਰ ਦੜਾਏ ਦਾ ਤੇ ਕੱਟੇ, ਤੇਰੇ ਵਿੱਚੋਂ ਹਉਮੈ ਦੀਆਂ ਤਣੀਆਂ ਕੱਟ ਦੂਗਾ ਜਦੋਂ ਤੂੰ ਜਪੇਗਾ ਵਾਹਿਗੁਰੂ 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 ਵਾਹਿਗੁਰੂ। ਇਹ ਤੋਂ ਇਲਾਵਾ ਕੋਈ ਦਵਾਈ ਨਹੀਂ। ਸਤਨਾਮ
ਜੈਸਾ ਸਤਿਗੁਰ ਤੈਸੋ ਹੀ ਮੈਂ ਡੀਠ ਵੀ ਵੇਖਿਆ ਨੇ ਵਿਛੜਿਆ ਕਿਤਨਾ ਬੁਲਾਉਂਦਾ ਹੈ। ਜਲਾਲਾਬਾਦ ਇੱਥੇ ਅੱਜ ਸਿੰਘ ਨੂੰ ਆਇਆ ਨਹੀਂ। ਜਲਾਲਾਬਾਦ ਅੰਮ੍ਰਿਤ ਦਾ ਵਾਟਾ ਤਿਆਰ ਹੋਇਆ ਤੇ 70 ਪ੍ਰਾਣੀਆਂ ਨੇ ਅੰਮ੍ਰਿਤ ਛਕਿਆ। 70 ਪ੍ਰਾਣੀ ਪਤਾ ਲੱਗ ਗਿਆ 70 ਪ੍ਰਾਣੀ। ਪਤਾ ਨਹੀਂ ਕੌਣ ਬਜ਼ੁਰਗ ਐਡਾ ਉੱਚਾ ਲੰਬਾ ਉੱਠ ਕੇ ਕਹਿੰਦਾ ਇਹ ਜਿਹਨਾਂ 70 ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਲਈ ਆ ਇਹ ਦਰਗਾਹ ਚ ਬਰੀ ਹੋ ਜਾਣਗੇ ਇਹ ਪੁੱਛਿਆ। ਪਤਾ ਲੱਗ ਰਿਹਾ ਜੀ ਬਜ਼ੁਰਗ ਉੱਠ ਕੇ ਕੀ ਕਹਿੰਦਾ ਬੋਲੋ ਕੌਣ ਜਿਹਨਾਂ ਅੰਮ੍ਰਿਤ ਦੀ ਦਾਤ ਲਈ ਇਹ ਦਰਗਾਹ ਵਿੱਚ ਲੇਖਾ ਜੋਖਾ ਇਹਨਾਂ ਦਾ ਮੁੱਕ ਜੂਗਾ ਬਰੀ ਹੋ ਜਾਣਗੇ। ਪਤਾ ਨਹੀਂ ਕੌਣ ਰੱਬ ਦਾ ਪਿਆਰਾ ਬੋਲਿਆ ਅੱਖ ਵੇਖ ਲੋ ਭਰੀ ਸੰਗਤ ਸੀ 500,000 ਪ੍ਰਾਣੀ ਬੈਠਾ ਉਹ ਬੋਲਿਆ ਕਹਿੰਦਾ ਹਾਂ ਇਹਨਾਂ ਦੇ ਲੇਖੇ ਪੜ ਜਾਣਗੇ। ਕਿਸ ਤਰ੍ਹਾਂ ਪੜ ਜਾਣਗੇ ਉਹਨੇ ਇੱਡੀ ਸੋਹਣੀ ਵਿਆਖਿਆ ਕੀਤੀ ਕਹਿੰਦਾ ਦਰਗਾਹ ਦੇ ਵਿੱਚ ਇਹ ਰੂਹਾਂ ਜਾਣਗੀਆਂ ਜਿਹਨਾਂ ਨੇ ਬੋਲੋ ਬੋਲੀ ਨਾ ਛਕਿਓ ਬੋਲੋ ਤੁਸੀਂ ਜਿਹਨਾਂ ਨੇ ਇਹ ਰੂਹਾਂ ਸਾਰੀਆਂ ਉੱਥੇ ਜਾਣਗੀਆਂ। ਇੱਕ ਪਾਸੇ ਧਰਮਰਾਜ ਦਾ ਵਕੀਲ ਖਲੋਊਗਾ ਵੀ ਇਹਨਾਂ ਨੇ ਆ ਆ ਗੁਨਾਹ ਕੀਤੇ ਨੇ ਜੀਆਂ ਨੇ ਪਤਾ ਲੱਗਾ ਇਹਨਾਂ ਨੇ ਆ ਗੁਨਾਹ ਕੀਤੇ ਤੇ ਇਹਨਾਂ ਨੇ ਤੇ ਆ ਦੋਸ਼ ਆਏਦ ਹੁੰਦੇ ਵਕੀਲੀ ਭਾਸ਼ਾ ਆਏਦ ਹੋਣਾ ਦੋਸ਼ ਆਏਦ ਹੋ ਗਿਆ ਇਹਨਾਂ ਤੇ ਆ ਦੋਸ਼ ਨੇ ਇਹਨਾਂ ਨੂੰ ਮਹਾਰਾਜ ਆ ਸਜ਼ਾ ਮਿਲੇ ਆ ਸਜ਼ਾ ਮਿਲੇ। ਕਾਲੇ ਕੱਪੜੇ ਪਾ ਕੇ ਖਲੋਤਾ ਸੀ ਧਰਮਰਾਜ ਦਾ ਵਕੀਲ ਵਕੀਲਾਂ ਦੇ ਕੱਪੜੇ ਕਿਸ ਤਰ੍ਹਾਂ ਦੇ ਹੁੰਦੇ ਉੱਚੀ ਬੋਲੋ ਉੱਤੇ ਜੱਜ ਦਾ ਕੋਟ ਉਹਦਾ ਵੀ ਕਾਲਾ ਵੇਖੋ ਕਾਲਿਆਂ ਦੀ ਅਦਾਲਤ ਲੱਗੀ ਉਸੇ ਘੜੀ ਉਹ ਜਿਹੜੇ 70 ਜੀ ਖਲੋਤੇ ਸੀ ਵਿਚਾਰੇ ਤੇ ਉਹਨਾਂ ਨੂੰ ਜੱਜ ਨੇ ਪੁੱਛਿਆ ਤੁਹਾਡਾ ਕੋਈ ਵਕੀਲ ਆਇਆ ਹੈ ਆਖੋ ਵਾਹਿਗੁਰੂ ਤੇ ਉਹਨਾਂ ਵਿਚਾਰਿਆਂ ਹਾਲੀ ਕਹਿਣ ਹੀ ਲੱਗੇ ਸੀ ਮੂੰਹ ਦੇ ਵਿੱਚੋਂ ਵੀ ਸਾਡਾ ਤੇ ਕੋਈ ਵਕੀਲ ਨਹੀਂ ਆਇਆ। ਉਸੇ ਵੇਲੇ 7.5 ਫੁੱਟ ਉੱਚਾ ਐਡਾ ਦਮਾਲਾ ਬੱਧਾ ਨੀਲਾ ਚੋਲਾ ਲੰਮੀਆਂ ਬਾਹਾਂ ਅੰਮ੍ਰਿਤ ਦੀਆਂ ਭਰੀਆਂ ਨਜ਼ਰਾਂ ਤੇ ਹੱਥ ਵਿੱਚ ਪੋਥੀ ਫੜੀ ਤੇ ਅੰਦਰ ਆਣ ਕੇ ਆਖਿਆ ਵਾਹਿਗੁਰੂ ਜੀ ਕਾ ਖਾਲਸਾ। ਮਹਿਸੂਸ ਵੀ ਕਰ ਰਹੇ ਹੋ ਮੈਂ ਕੀ ਕਹਿ ਰਿਹਾ। ਉਸੇ ਘੜੀ ਇੱਕ ਵਕੀਲ ਆਇਆ ਹਰ ਦਰਗੇ ਕਾ ਬਸੀਚ ਬਸੀਚ ਬਣਨ ਦਾ ਵਕੀਲ ਮੇਰਾ ਕਲਗੀਆਂ ਵਾਲਾ ਪਾਤਸ਼ਾਹ ਨਾ ਜਿਹੜਾ ਇਹ ਦਰਗਾਹ ਦਾ ਜਿਹੜਾ ਜਿਹੜਾ ਅੰਮ੍ਰਿਤ ਛਕੂਗਾ ਉਹਦਾ ਵਕੀਲ ਕੌਣ ਆ ਧੰਨ ਗੁਰੂ ਗੋਬਿੰਦ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਗੁਰੂ ਐਸੇ ਗੁਰ ਕੋ ਬਲ ਬਲ ਜਾਈਏ ਐਸੇ ਗੁਰ ਕੋ ਬਲ ਬਲ ਜਾਈਏ ਉਹਨੇ ਉਸ ਅਦਾਲਤ ਵਿੱਚ ਆਣ ਕੇ ਆਖਿਆ ਕਮਾਲ ਦੀ ਗੱਲ ਜੱਜ ਸੁਣ ਲਿਓ ਕਿਹੜਾ ਸੀ ਜੱਜ ਸੀ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਉੱਥੇ ਵੀ ਅਦਾਲਤ ਵਿੱਚ ਪ੍ਰਕਾਸ਼ ਕਿਹਦਾ ਗੁਰੂ ਗ੍ਰੰਥ ਸਾਹਿਬ ਜੀ ਦਾ
ਉਹਦੀ ਅਦਾਲਤ ਵਿੱਚ ਕੇਸ ਲੱਗਾ ਜਿੱਥੇ ਵਕੀਲ ਆਇਆ ਕਾਲੇ ਕੱਪੜੇ ਵਾਲਾ, ਇੱਧਰੋਂ ਮੇਰਾ ਬਾਬਾ ਵਕੀਲ ਬਣ ਕੇ ਆਇਆ ਨੀਲਾ ਬਾਣਾ ਪਾ ਕੇ, ਜਾ ਕੇ ਆਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਸਾਰੇ ਜਿੰਨੇ ਵਕੀਲ ਦੂਸਰੇ ਤੀਸਰੇ ਬੈਠੇ ਸੀ ਸ਼ਾਂਤ ਹੋ ਕੇ ਉਸ ਨੂਰੀ ਚਿਹਰੇ ਦੇ ਦੀਦਾਰ ਕਰਨ ਲੱਗ ਪਏ। ਪਤਾ ਲੱਗ ਰਿਹਾ ਜੀ ਨੂਰੀ ਚਿਹਰੇ ਦੇ ਵੀ ਬੱਲੇ 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 ਏਡਾ ਵੱਡਾ ਵਕੀਲ, ਤੁਸੀਂ ਕੌਣ ਜੀ? ਕਹਿੰਦੇ ਮੈਂ ਇਹਨਾਂ ਸੱਤਰਾਂ ਦਾ ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਇਹਨਾਂ ਦਾ ਵਕੀਲ ਆਇਆ। ਤੇ ਜੱਜ ਸਾਹਿਬ ਦਾ ਹੁਕਮ ਹੋਇਆ ਕੇਸ ਸ਼ੁਰੂ ਕਰੋ। ਧਰਮਰਾਜ ਦੇ ਵਕੀਲ ਨੇ ਆਖਿਆ ਆਹ ਜਿਹੜੀਆਂ ਰੂਹਾਂ ਨੇ ਅੱਜ ਗਾਤਰੇ ਪਾਲੇ ਆ ਨਾ, ਇਹਨਾਂ ਨੇ ਪਿਛਲੀ ਜ਼ਿੰਦਗੀ 'ਚ ਬੜੇ ਗੁਨਾਹ ਕੀਤੇ ਨੇ ਅਤੇ ਮੇਰੇ ਕੋਲ ਇਹਨਾਂ ਦੀ ਸਾਰੀ ਡਾਇਰੀ ਲਿਖੀ ਆ ਵੀ ਇਹਨਾਂ ਆਹ ਗੁਨਾਹ ਕੀਤਾ, ਇਹਨਾਂ ਆਹ ਨਹੀਂ, ਭੱਜੋ ਨਾ ਭੱਜੋ ਨਾ, ਤੁਹਾਨੂੰ ਕਿਹਾ ਤੁਹਾਨੂੰ ਜਿਹੜੇ ਪਿੱਛੇ ਵੇਖਣ ਡੇ ਨਾ ਭੱਜੋ ਨਾ, ਟਿੱਕ ਸੁਣੋ, ਇਹਨਾਂ ਨੇ ਆਹ ਗੁਨਾਹ ਕੀਤਾ, ਇਹਨਾਂ ਨੇ ਆਹ ਗੁਨਾਹ ਕੀਤਾ, ਮੇਰੇ ਕੋਲ ਨੋਟ ਆ ਅਤੇ ਹਰ ਇੱਕ ਬੰਦੇ ਦੀ ਵੀਡੀਓ ਆ। ਚਿੱਤਰ ਗੁਪਤ ਸਭ ਲਿਖਤੇ ਲੇਖਾ, ਚਿੱਤਰ ਤੇ ਗੁਪਤ ਨੇ ਇਹਨਾਂ ਦੀ ਵੀਡੀਓ ਬਣਾਈ, ਮੁੱਕਰ ਨਹੀਂ ਸਕਦੇ। ਅੱਜ ਇਹਨਾਂ ਨੇ ਗਾਤਰੇ ਸਜਾ ਲਏ ਨੇ, ਕੰਘੇ ਸਜਾ ਲਏ, ਪੰਜ ਘਰ ਚਲੇ, ਵੇ ਇਹਨਾਂ ਪਿਛਲੀ ਜ਼ਿੰਦਗੀ 'ਚ ਬੜੇ ਬੋਲੋ ਗੁਨਾਹ ਕੀਤੇ ਨੇ। ਅਤੇ ਜਾਸਾ ਵੱਲੋਂ ਹੁਕਮ ਹੋਇਆ ਵੀ ਇਹਨਾਂ ਦੀਆਂ ਦਾ ਜਿਹੜਾ ਵਕੀਲ ਆਇਆ ਹੈ ਉਹਨੇ ਕੋਈ ਦਲੀਲ ਦੇਣੀ? ਅਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹਾ ਹਾਂ ਦੇਣੀ, ਬੋਲੋ ਆਖੋ ਵਾਹਿਗੁਰੂ। ਵਕੀਲ ਸਾਡੇ ਨੇ ਆਖਿਆ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹਾ ਮੈਂ ਦਲੀਲ। ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੋ ਜਹਾਨ ਦੇ ਮਾਲਕ ਵੱਲ ਹੱਥ ਕਰਕੇ ਕਿਹਾ ਤੁਹਾਡੇ ਕਾਨੂੰਨ ਚ ਲਿਖਿਆ ਇਹਨਾਂ ਜਨਤਾ ਕੇ ਵਸ ਕਿਛ ਨਹੀਂ, ਬੋਲੋ ਇਹਨਾਂ ਜੀਆਂ ਦੇ ਤੇ ਹੱਥ ਵਿੱਚ ਤੁਸੀਂ ਇਹਨਾਂ ਤੇ ਦੋਸ਼ ਲਾਉਣ ਲੱਗੇ ਵੀ ਇਹਨਾਂ ਪਾਪ, ਬੋਲੋ ਇਹਨਾਂ ਪਾਪ ਕੀਤੇ ਮਗਰ ਇਹਨਾਂ ਦੇ ਹੱਥ ਵਸ, ਇਹ ਜਨਤ ਵਿਚਾਰੇ ਕਿਆ ਕਰੇ ਸਭ ਖੇਲ ਤੁਮ ਸਵਾਮੀ, ਤੂੰ ਹੀ ਤੇ ਇਹਨਾਂ ਕੋਲ ਕਰਾ ਰਹੇ, ਸਾਰੀ ਦਲੀਲ ਦੇਤੀ। ਆਖੋ ਵਾਹਿਗੁਰੂ। ਧਰਮਰਾਜ ਦੇ ਵਕੀਲ ਨੂੰ ਪੁੱਛਿਆ ਕੋਈ ਦਲੀਲ ਦੇਣੀ? ਕਹਿੰਦਾ ਨਾ ਜੀ ਮੈਂ ਨਹੀਂ ਮੰਨਦਾ ਇਸ ਗੱਲ ਨੂੰ, ਇਹਨਾਂ ਨੇ ਕੀਤੇ ਪਾਪ। ਆਖੋ ਵਾਹਿਗੁਰੂ। ਜੱਜ ਸਾਹਿਬ ਨੇ ਫੇਰ ਪੁੱਛਿਆ ਨੀਲੇ ਬਾਣੇ ਵਾਲੇ ਵਕੀਲ ਨੂੰ, ਆਖੋ ਵਾਹਿਗੁਰੂ ਤੁਸੀਂ ਕੋਈ ਹੋਰ ਠੋਸ ਦਲੀਲ ਇਹਦੇ ਤੋਂ ਉੱਤੇ ਦੇ ਸਕਦੇ ਹੋ? ਉਹਨੇ ਆਖਿਆ ਹਾਂ ਮੇਰੇ ਕੋਲ ਹੋਰ ਠੋਸ ਦਲੀਲ ਹੈ ਵੀ ਤੁਹਾਡੀ ਪੋਥੀ ਵਿੱਚ ਲਿਖਿਆ ਹੈ ਵੀ ਜਿਹੜਾ ਤੇਰੀ ਸ਼ਰਨ ਵਿੱਚ ਆ ਜਾਏ ਅਫੂਅਲ ਗੁਨਾਹ ਹੈ, ਬੋਲੋ ਇਸ ਤੁਕ ਦਾ ਮਤਲਬ ਸਾਰੇ ਗੁਨਾਹ ਮਾਫ ਕਰਨ ਵਾਲਾ, ਤੇ ਜੇ ਤੂੰ ਸਾਰੇ ਗੁਨਾਹ ਮਾਫ ਕਰਨ ਵਾਲਾ ਹੈ ਤੇ ਜਿਹੜੇ ਕਿਤੇ ਦੋ ਚਾਰ ਪੰਜ ਇਹਨਾਂ ਨੇ ਕੀਤੇ ਆ ਜਦੋਂ ਤੇਰਾ ਬਿਰਧ ਆ ਤੇਰੀ ਬਾਣੀ ਚ ਲਿਖਿਆ ਵੀ ਅਫੂਅਲ, ਤੇ ਉਹਨਾਂ ਨੇ ਅੱਗੋਂ ਪੁੱਛਿਆ ਵੀ ਚਲੋ ਮੈਂ ਤੇ ਅਦਾਲਤ ਵਿੱਚ ਬੰਦ ਕਰ ਦੂੰ ਇਹਨਾਂ ਨੂੰ, ਖੁਲਾਸ ਕਰ ਦੂੰ। ਆਖੋ ਵਾਹਿਗੁਰੂ। ਪਤਾ ਲੱਗ ਰਿਹਾ ਜੀ, ਪਤਾ ਲੱਗ ਰਿਹਾ ਇਸ ਅਦਾਲਤ ਚੋਂ ਮੈਂ ਇਹਨਾਂ ਨੂੰ ਖੁਲਾਸ ਕਰ ਦੂੰ, ਬਰੀ ਕਰ ਦੂੰ ਜੇ ਇਹਨਾਂ ਨੇ ਕੇਸ ਅੱਗੇ ਕਰਤਾ। ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਬੋਲੇ ਕਹਿੰਦੇ ਤੇਰੇ ਤੋਂ ਅੱਗੇ ਤੇ ਅਦਾਲਤ ਹੀ ਕੋਈ ਨਹੀਂ ਕਿ ਸ਼ਾਹਾਨ, ਤੂੰ ਤੇ ਸ਼ਾਹਾਂ ਦਾ, ਤੇਰੇ ਤੋਂ ਉੱਤੇ ਤੇ ਅਦਾਲਤ ਹੀ ਕੋਈ ਨਹੀਂ ਜਿਹਨੂੰ ਤੂੰ ਬਰੀ ਕਰਤਾ ਨਾ। ਨਾਨਕ ਜਿਨ ਕੋ ਸਤਿਗੁਰ ਮਿਲਿਆ, ਬੋਲੋ
ਤਿਨ ਕਾ ਲੇਖਾ ਨਿਬੜਿਆ, ਤਿਨ ਕਾ ਕੱਲ ਨੂੰ ਹੋਣਾ ਜੀ ਵੱਡਾ ਤਿਆਰ, ਪੜਵਾ ਲਿਓ ਲੇਖੇ। ਜੇ ਕਿਸੇ ਕੋਲ ਗੁਨਾਹ ਹੋਏ ਆ, ਜਿਹੜੀ ਅਜੇ ਤੱਕ ਅੰਮ੍ਰਿਤਧਾਰੀ ਰੂਹ ਨਹੀਂ ਹੋਈ, ਇੱਕ ਵਾਰ ਪੰਜ ਕਕਾਰ ਸਜਾ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪੁੱਤ ਬਣ ਜਿਓ, ਵਕੀਲ ਕੌਣ ਬਣ ਕੇ ਜਾਊ? ਹਰ ਦਰਗੇ ਕਾ ਬਸੀਠ, ਹਰ ਦਰਗੇ ਕਾ ਬਸੀਠ, ਹਰ ਲੱਕ ਸਿੱਧਾ ਕਰਕੇ ਗੋਡਿਆਂ ਤੇ ਹੱਥ ਰੱਖ ਲਓ, ਟਾਈਮ ਹੋ ਗਿਆ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਗੁਰੂ ਗੋਬਿੰਦ ਸਿੰਘ ਸਾਹਿਬ। ਪ੍ਰਭ ਹੱਸ ਬੋਲੇ, ਬੋਲੋ ਹਾਂ ਕਿਹੜੇ ਪ੍ਰਭ? ਪ੍ਰਭ ਹੱਸ ਬੋਲੇ ਤੇ ਕੀਏ ਨਿਆਏ, ਨਿਆਂ ਦੇ ਸ਼ਬਦ ਬੋਲੇ। ਜਿਹੜੇ ਸ਼ਰਨ ਵਿੱਚ ਆ ਜਾਂਦੇ ਉਹਨਾਂ ਦੇ ਸਾਰੇ ਗੁਨਾਹ ਮਾਫ਼ ਹੋ ਜਾਂਦੇ। ਸਿੱਖਾ ਤੇਰੇ ਲਈ ਕੱਲ ਵੀ ਕਿਹਾ ਸੀ, ਅੱਗੇ ਕੋਈ ਅਦਾਲਤ ਨਹੀਂ, ਉਹ ਕਿਤੇ ਭੁਲੇਖੇ ਚ ਨਾ ਰਹੀ। ਸਿੱਖ ਦੀ ਅੱਗੇ ਕੋਈ ਅਦਾਲਤ ਨਹੀਂ, ਸਿੱਖ ਦੀ ਅਦਾਲਤ ਇੱਥੇ ਹੀ ਆ, ਪੰਜ ਜੱਜਾਂ ਦਾ ਬੈਂਚ। ਕਿਹੜਿਆਂ ਦਾ? ਪੰਜ ਪਿਆਰੇ ਸਾਹਿਬਾਨਾਂ ਦਾ, ਜਿਨ੍ਹਾਂ ਨੂੰ ਇਹਨੇ ਮਾਫ ਕਰਤਾ, ਅੱਗੇ ਕੋਈ ਅਦਾਲਤ ਨਹੀਂ ਉਹਨਾਂ ਨੂੰ ਲੇਖਾ ਪੁੱਛਣ ਵਾਲੀ। ਗੁਰੂ ਕਿਰਪਾ ਕਰੇ, ਜਿਨ੍ਹਾਂ ਜਿਨ੍ਹਾਂ ਅੰਮ੍ਰਿਤ ਛਕਣਾ, ਕੱਲ 2 ਵਜੇ ਆਓ ਕੇ ਅਸੀਂ ਇਸ਼ਨਾਨ ਕਰਕੇ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ। ਹੱਥ ਜੋੜ ਕੇ ਬੇਨਤੀ ਹੈ, ਕਿਤੇ ਰਹਿ ਨਾ ਜਾਵੇ। ਅੱਜ ਦੇ ਸ਼ਬਦ ਦੀਆਂ 2 ਲਾਈਨਾਂ ਪੜ੍ਹ ਲਈਏ। ਆਸਾ ਬੰਦੀ, ਆਸਾ ਆਸਾ ਮੀਨ ਜੀ ਆਸ਼ਾਵਾਂ, ਇਹਨਾਂ ਚ ਬੱਧੀ ਹੈ ਨਾ ਆ ਸਾਡਾ ਸਰੀਰ। ਆਸਾ ਬੰਦੀ ਮੂਰਖ ਦੇ, ਇਹ ਮੂਰਖ ਸਰੀਰ ਆਸਾ ਚ ਬੱਧਾ ਹੈ। ਘਰ ਲੈ ਲਿਆ, ਇੱਕ ਹੋਰ ਲੈ ਲਈਏ, ਇੱਕ ਛੱਡ ਕੇ 2 ਹੋਰ ਲੈ ਲਈਏ, ਇਹ ਕਿਹਨੇ ਦੀਆਂ? ਪੁੱਤ ਤੋਂ ਅੱਗੇ ਪੋਤਰਾ ਆਸਾ। ਆਸਾ ਬੰਦੀ ਮੂਰਖ ਦੇ, ਕਾਮ ਕ੍ਰੋਧ ਲਪਟਿਓ ਅਸਨੇ, ਕਾਮ ਕ੍ਰੋਧ ਇਹਨਾਂ ਵਾਸ਼ਨਾ ਨਾਲ ਪਿਆਰ ਪਾ ਕੇ ਬੈਠੀ ਹੈ ਜੀਵ ਆਤਮਾ। ਮਿੱਠੀ ਕਰ ਕਰ ਵਿਖਿਆ ਖਾਏ, ਜਿਹੜਾ ਯਹਿਰ ਆ ਉਹਨੂੰ ਮਿੱਠਾ ਕਰ ਕਰਕੇ ਖਾਈ ਜਾਂਦਾ ਹੈ ਬੰਦਾ। ਮਿੱਠੀ ਕਰ ਕਰ ਵਿਖਿਆ ਖਾਏ, ਸਿਰ ਉੱਪਰ ਠੰਡੋ ਧਰਮ ਰਾਏ। ਇਹਦੇ ਸਿਰ ਦੇ ਉੱਤੇ ਧਰਮ ਰਾਜ ਕਾਗਜ਼ ਲੈ ਕੇ ਖਲੋਤਾ ਹੈ, ਮਗਰ ਇਹ ਹਰ ਯਹਿਰ ਨੂੰ, ਹਰ ਕਰਮ ਨੂੰ, ਹਰ ਪਾਪ ਨੂੰ ਮਿੱਠਾ ਕਰਕੇ ਖਾ ਰਿਹਾ ਤੇ ਆਪਣੇ ਨਾਮ ਦੇ ਉੱਤੇ ਆਪਣੇ ਲੇਖੇ ਵਿੱਚ ਵਾਧਾ ਵਡਾ ਰਿਹਾ। ਇਹਨੇ ਆ ਵੀ ਪਾਪ ਕੀਤਾ। ਨਰ ਅਚੇਤ ਨਹੀਂ ਬਾਣੀ ਆਉਂਦੀ ਜੈਪੁਰ? ਨਹੀਂ ਅੱਖ ਵਾਹਿਗੁਰੂ। ਨਰ ਅਚੇਤ ਪਾਪ ਤੇ ਡਰ ਰੇ, ਬੋਲੋ ਹਾਂ ਪਾਪ ਕਰਨ ਲੱਗੇ ਡਰਿਆ ਕਰ, ਪਾਪ ਕਮਾਉਂਦੇ ਆ ਤੇਰਾ ਕੋਈ ਬੇਲੀ ਨਹੀਂ ਉਹ ਬਣਨਾ, ਤੈਨੂੰ ਪਾਪ ਦੀ ਸਜ਼ਾ ਮਿਲਣੀ ਓ। ਜੇ ਨਹੀਂ ਤੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਕੇ ਵੇਖ, ਪਾਪ ਪੜਿਆ ਪਾਪ ਪੜਿਆ। ਸ਼ਾਬਾਸ਼ ਕੌਣ? ਸ਼ਾਬਾਸ਼ ਕਿਆ ਬਾਤ ਆ,
ਪਾਪੜਿਆਂ ਪਛਾੜ, ਪਾਪਾਂ ਵਾਲੀ ਬਿਰਤੀ ਨੂੰ ਪਛਾੜ ਦੇ। ਬੰਨ ਸੰਚਾਵਾ ਸੱਚ ਕਹਿ, ਸੱਚ ਦਾ ਪੱਲਾ ਫੜ, ਪਾਪਾਂ ਨੂੰ ਛੱਡ ਦੇ ਬੰਦਿਆ, ਜਿਉਂਦੇ ਜੀ ਛੱਡ ਦੇ। ਇਹ ਪੰਡ ਨਾ ਲੈ ਕੇ ਜਾਈ ਪਾਪਾਂ ਦੀ ਸਿਰ ਦੇ ਉੱਤੇ। ਗੁਰੂ ਭਲਾ ਕਰੇ, ਕੱਲ 2 ਵਜੇ ਅੰਮ੍ਰਿਤ ਦਾ ਵਾਟਾ ਤਿਆਰ ਹੋਣਾ। ਫਿਰ ਬੇਨਤੀ ਕਰਕੇ ਸਮਾਪਤੀ ਕਰਨ ਲੱਗਾ, ਕੱਲ ਰਾਤ ਦਾ 1 ਦੀਵਾਨ ਇੱਥੇ ਬਾਕੀ ਰਹਿ ਗਿਆ। ਆਪ ਵੀ ਆਇਓ, ਹੋਰਨਾਂ ਨੂੰ ਪ੍ਰੇਰ ਕੇ ਲਿਆਇਓ। ਮੇਰਾ ਸਾਹਿਬ ਤੁਹਾਨੂੰ ਸਾਰਿਆਂ ਨੂੰ ਉਦਮ ਬਖਸ਼ੇ, ਤੁਸੀਂ ਗੁਰੂ ਕਲਗੀਧਰ ਪਾਤਸ਼ਾਹ ਦੇ ਧੀਆਂ ਪੁੱਤਰ ਬਣ ਸਕੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।